ਧਾਰਮਿਕ ਤਲ ਦਾ ਅੰਦਰੂਨੀ ਸਾਰਾ ਵਿਕਾਸ ਪਰਮਾਤਮਾ ਦੀ ਬੁੱਕ ਕਰਕੇ ਹੋਇਆ ਹੈ। ਬਾਹਰ ਦਾ ਸਾਰਾ ਵਿਕਾਸ ਪਦਾਰਥਾਂ ਦੀ ਬੁੱਕ ਕਰਕੇ ਹੋਇਆ ਹੈ, ਅੰਦਰੂਨੀ ਸਾਰਾ ਵਿਕਾਸ ਪਰਮਾਤਮਾ ਦੀ ਬੁੱਕ ਕਰਕੇ ਹੋਇਆ ਹੈ। ਹੁਣ ਦੋ ਤਿੰਨ ਨੁਕਤੇ ਗਹਿਰੇ ਇਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨਾ ਸਾਰਾ। ਅਗਰ ਇਹ ਗੱਲ ਪਕੜ ਵਿੱਚ ਆ ਗਈ ਤਾਂ ਧਰਮ ਦੇ ਮੂਲ ਕੁਝ ਨੁਕਤੇ ਸਾਡੀ ਪਕੜ ਵਿੱਚ ਆ ਜਾਣਗੇ। ਜਨਮ ਤੋਂ ਭੋਜਨ ਦੀ ਭੁੱਖ ਹੈ, ਜਨਮ ਤੋਂ ਭਜਨ ਦੀ ਭੁੱਖ ਨਹੀਂ ਹੈ। ਇੱਕ ਬੱਚਾ ਵੀ ਰੋਂਦਾ ਹੈ ਦੁੱਧ ਲਈ, ਭੋਜਨ ਲਈ, ਪਰਮਾਤਮਾ ਨਹੀਂ ਰੋਂਦਾ। ਇੱਕ ਬੱਚਾ ਵੀ ਰੋਂਦਾ ਹੈ ਮਾਂ ਲਈ, ਜੇ ਥੋੜ੍ਹਾ ਜਿਹਾ ਵੱਡਾ ਹੁੰਦਾ ਤਾਂ ਸਮਝ ਆਉਂਦੀ ਹੈ ਮਾਂ ਹੈ ਮੇਰੀ, ਪਿਓ ਹੈ, ਪਿਓ ਲਈ ਰੋਂਦਾ ਹੈ, ਮਾਂ ਲਈ ਰੋਂਦਾ ਹੈ, ਗੁਰੂ ਲਈ ਪਰਮਾਤਮਾ ਲਈ ਨਹੀਂ ਰੋਂਦਾ, ਨਹੀਂ ਰੋਂਦਾ। ਰੋਂਦਾ ਤਾਂ ਮਨੁੱਖ ਸਾਰੀ ਜ਼ਿੰਦਗੀ ਹੈ, ਦੁੱਧ ਲਈ ਰੋਂਦਾ ਹੈ, ਫਿਰ ਮਾਂ ਲਈ ਰੋਂਦਾ ਹੈ, ਪਿਓ ਲਈ ਰੋਂਦਾ ਹੈ, ਫਿਰ ਧਨ ਲਈ ਰੋਂਦਾ ਹੈ, ਪਦਾਰਥਾਂ ਲਈ ਰੋਂਦਾ ਹੈ, ਫਿਰ ਪਤਨੀ ਲਈ ਰੋਂਦਾ ਹੈ ਜਾਂ ਪਤੀ ਲਈ ਰੋਂਦੀ ਹੈ, ਫਿਰ ਬੱਚਿਆਂ ਲਈ ਰੋਂਦਾ ਹੈ, ਪੁੱਤਰਾਂ ਲਈ ਰੋਂਦਾ ਹੈ, ਮਿੱਤਰਾਂ ਲਈ ਰੋਂਦਾ ਹੈ, ਵਤਨ ਲਈ ਰੋਂਦਾ ਹੈ। ਰੋਣਾ ਤਾਂ ਸਾਰੀ ਜ਼ਿੰਦਗੀ ਜਾਰੀ ਰਹਿੰਦਾ ਹੈ, ਜਾਰੀ ਰਹਿੰਦਾ ਹੈ। ਜਿਹੜਾ ਵਿਛੜਦਾ ਤਾਂ ਰੋਂਦਾ ਹੈ, ਪੁੱਤਰ ਵਿਛੜੇ ਰੋਂਦਾ, ਮਿੱਤਰ ਵਿਛੜੇ ਰੋਂਦਾ, ਪਤਨੀ ਵਿਛੜੇ ਰੋਂਦਾ, ਪਤੀ ਵਿਛੜੇ ਰੋਂਦਾ। ਵਿਛੋੜਾ ਤੜਪਾ ਕੇ ਰੁਲਾ ਦਿੰਦਾ ਹੈ। ਇਹਨੂੰ ਬੜੇ ਸੋਹਣੇ ਢੰਗ ਨਾਲ ਬਿਆਨ ਕੀਤਾ ਹੈ ਗੁਰੂ ਨਾਨਕ ਨੇ। ਵਡਹੰਸ ਰਾਗ ਦਾ ਸ਼ਬਦ ਹੈ, ਬੜਾ ਪਿਆਰਾ ਸ਼ਬਦ ਹੈ ਪਹਿਲੇ ਪਾਤਸ਼ਾਹ ਦਾ। ਜ਼ਿੰਦਗੀ ਦੀ, ਚਾਹੇ ਉਹ ਸੰਸਾਰਕ ਜ਼ਿੰਦਗੀ ਹੈ ਅਤੇ ਚਾਹੇ ਪਰਮਾਰਥਕ ਹੈ, ਗੁਰੂ ਨਾਨਕ ਬਹੁਤ ਗਹਿਰਾਈ ਨਾਲ ਛੂੰਹਦੇ, ਬੜੀ ਗਹਿਰਾਈ ਨਾਲ ਛੂੰਹਦੇ। ਸਾਹਿਬ ਕਹਿੰਦੇ ਨੇ, ਮੈਂ ਰੋਵੰਦੀ ਸਭ ਜਗ ਰੁਨਾ, ਰੁਨੜੇ ਵਣੋਂ ਪੰਖੇਰੋ। ਮੈਂ ਰੋਈ ਰਿਜ਼ਕ ਦੀ ਖਾਤਰ, ਸਾਰਾ ਜਗਤ ਰੋਂਦਾ, ਪਸ਼ੂ ਪਕਸ਼ੀ ਤੱਕ ਰੋਂਦੇ ਨੇ, ਜੇ ਰਿਜ਼ਕ ਨਾ ਮਿਲੇ ਉਹ ਵੀ ਤੜਪਦੇ ਨੇ ਭੁੱਖੇ ਪਿਆਸੇ। ਪਾਣੀ ਤਾਂ ਉਹਨਾਂ ਨੂੰ ਵੀ ਚਾਹੀਦਾ, ਖੁਰਾਕ ਤਾਂ ਉਹਨਾਂ ਨੂੰ ਵੀ ਚਾਹੀਦੀ ਹੈ, ਤੜਪਦੇ, ਪਿੱਟਦੇ, ਰੋਂਦੇ, ਕੁਰਲਾਂਦੇ। ਮੈਂ ਰੋਵੰਦੀ ਸਭ ਜਗ ਰੁਨਾ, ਰੁਨੜੇ ਵਣੋ ਪਖੇਰੋ। ਮੈਂ ਰੋਈ ਪਰਿਵਾਰ ਲਈ, ਸਾਰਾ ਜਗਤ ਰੋਂਦਾ ਹੈ। ਮੈਂ ਰੋਈ ਪੁੱਤਰਾਂ ਲਈ, ਸਾਰੇ ਰੋਂਦੇ, ਪਸ਼ੂ ਤੱਕ ਵੀ ਰੋਂਦੇ। ਬੰਦਰੀ ਦਾ ਬੱਚਾ ਮਰ ਵੀ ਜਾਏ, ਮੁਰਦਾ ਬੱਚੇ ਨੂੰ ਵੀ ਚੁੱਕੀ ਫਿਰਦੀ ਹੁੰਦੀ ਹੈ, ਨਹੀਂ ਛੋੜਦੀ। ਸ਼ਾਇਦ ਆਪ ਨੂੰ ਪਤਾ ਹੋਵੇ, ਭਾਰਤ ਦੇ ਦੇਖਣ ਨੂੰ ਮਿਲ ਜਾਂਦਾ, ਬੱਚਾ ਤਾਂ ਮੁਰਦਾ ਹੈ ਪਰ ਸੀਨੇ ਨਾਲ ਲਾਈ ਫਿਰਦੀ ਹੈ, ਇੰਝ ਇੱਕ ਹੱਥ ਨਾਲ ਲਾਉਂਦੀ, ਕਿਉਂਕਿ ਉਹ ਤਾਂ ਗਿਰ ਜਾਏਗਾ। ਜ਼ਿੰਦਾ ਬੱਚਾ ਤਾਂ ਆਪ ਪਕੜ ਕੇ ਰੱਖਦਾ ਮਾਂ ਨੂੰ, ਪਰ ਉਹ ਤਾਂ ਮਰ ਚੁੱਕਿਆ, ਪਕੜ ਨਹੀਂ ਸਕਦਾ। ਆਪ ਪਕੜ ਕੇ ਤਿੰਨ ਪੈਰਾਂ ਨਾਲ, ਇੱਕ ਅਗਲੇ ਹੱਥ ਨਾਲ ਅਤੇ ਦੋ ਪੈਰਾਂ ਨਾਲ ਚੱਲਦੀ ਹੈ, ਇੱਕ ਹੱਥ ਨਾਲ ਉਸ ਮੁਰਦਾ ਬੱਚੇ ਨੂੰ ਸੰਭਾਲਦੀ ਹੈ। ਲੀਰਾਂ ਲੀਰਾਂ ਹੋ ਜਾਂਦਾ ਕਈ ਦਫ਼ਾ ਉਹ ਮੁਰਦਾ ਬੱਚਾ, ਤਾਂ ਵੀ ਨਹੀਂ ਛੋੜਦੀ, ਇਤਨੀ ਮਮਤਾ, ਇਤਨੀ ਮਮਤਾ। ਮੈਂ ਰੋਈ ਪੁੱਤਰਾਂ ਲਈ, ਸਾਰਾ ਜਗਤ ਰੋਂਦਾ, ਪਸ਼ੂ ਪਕਸ਼ੀ ਤੱਕ ਰੋਂਦਾ। ਮੈਂ ਰੋਈ ਰਿਜ਼ਕ ਦੇ ਲਈ, ਭੋਜਨ ਦੇ ਲਈ, ਖੁਰਾਕ ਲਈ, ਸਾਰਾ ਜਗਤ ਰੋਂਦਾ, ਪਸ਼ੂ ਪਕਸ਼ੀ ਤੱਕ ਰੋਂਦੇ। ਮੈਂ ਰੋਈ ਪਦਾਰਥਾਂ ਦੇ ਲਈ, ਸਾਰਾ ਜਗਤ ਪਿਆ ਰੋਂਦਾ। ਮੈਂ ਰੋਵੰਦੀ, ਬੜੇ ਕੀਮਤੀ ਬੋਲ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ, ਵਡਹੰਸ ਮੱਲਾ ਪਹਿਲਾ। ਮੈਂ ਰੋਵੰਦੀ ਸਭ ਜਗ ਰੁਨਾ, ਰੁਨੜੇ ਵਣੋਂ ਪੰਖੇਰੂ। ਇੱਕ ਨਾ ਰੋਣਾ ਮੇਰੇ ਤਨ ਕਾ ਬਿਰਹਾ, ਜਿਨਹੋਂ ਪਿਰੋਂ ਵਿਛੋੜੀ। ਇਹ ਪ੍ਰਭੂ ਵਿਛੋੜਾ ਤੇ ਤੇਰਾ ਵੀ ਹੈ,
ਨਾ ਤੇਰੇ ਵਿਛੋੜੇ ਨੇ ਤੜਪਾਇਆ ਨਾ ਰੁਲਾਇਆ, ਰੋਣੇ ਮੇਰੇ ਕੋਲ ਪੁੱਤਰਾਂ ਦੇ ਨੇ, ਮਿੱਤਰਾਂ ਦੇ ਨੇ, ਧਨ ਦੇ ਨੇ, ਸੰਪਦਾ ਦੇ ਨੇ, ਪਤਨੀ ਦੇ ਰੋਣੇ ਨੇ, ਪਤੀ ਦੇ ਰੋਣੇ ਨੇ, ਹੇ ਪ੍ਰਭੂ ਮੇਰੇ ਕੋਲ ਤੇਰਾ ਰੋਣਾ ਨਹੀਂ ਹੈ, ਨਹੀਂ ਹੈ। ਹੰਝੂ ਹੈ ਨਾ ਮੇਰੇ ਕੋਲ, ਉਹਨਾਂ ਹੰਝੂਆਂ ਦੀ ਕੀਮਤ ਹੈ, ਧਨ ਕੀਮਤ ਹੋਵੇਗਾ, ਪਤਨੀ ਕੀਮਤ ਹੋਵੇਗੀ, ਪਤੀ ਕੀਮਤ ਹੋਵੇਗਾ, ਕੋਈ ਭਰਾ ਕੀਮਤ ਹੋਵੇਗਾ, ਪੁੱਤਰ ਕੀਮਤ ਹੋਵੇਗਾ, ਮਿੱਤਰ ਕੀਮਤ ਹੋਵੇਗਾ, ਮੇਰੇ ਹੰਝੂਆਂ ਦੀ ਤੂੰ ਕੀਮਤ ਨਹੀਂ ਹੈ। ਪਰਮਾਤਮਾ ਦੇ ਵਿਛੋੜੇ 'ਚ ਤੜਪਿਆ ਹੋਇਆ ਹਿਰਦਾ ਜਦ ਰੋਂਦਾ ਹੈ, ਅਤੇ ਜਦ ਪਰਮਾਤਮਾ ਵਡਮੁੱਲਾ ਹੈ, ਉਸਦੀ ਕੋਈ ਕੀਮਤ ਨਹੀਂ, ਯਕੀਨ ਜਾਣੋ ਉਹਨਾਂ ਹੰਝੂਆਂ ਦੀ ਵੀ ਕੋਈ ਕੀਮਤ ਨਹੀਂ। ਇੰਨੇ ਮਹਾਨ ਨੇ, ਕਿਸੇ ਵੀ ਤੀਰਥ ਦਾ ਜਲ ਮਨੁੱਖ ਦੇ ਪਾਪਾਂ ਨੂੰ ਨਹੀਂ ਧੋਂਦਾ। ਤੜਪੇ ਹਿਰਦੇ 'ਚ ਪਰਮਾਤਮਾ ਦੇ ਵਿਛੋੜੇ 'ਚ ਨਿਕਲੇ ਹੋਏ ਦੋ ਹੰਝੂ ਜਨਮਾਂ ਜਨਮਾਂਤਰਾਂ ਦੇ ਦਾਗਾਂ ਨੂੰ ਧੋ ਦਿੰਦੇ, ਪਾਪਾਂ ਨੂੰ ਧੋ ਦਿੰਦੇ। ਭਾਈ ਸਾਹਿਬ ਭਾਈ ਨੰਦ ਲਾਲ, ਦੋ ਚਸ਼ਮ ਮੰਨ ਕੇ ਦਰਿਆ ਏ, ਅਜ਼ੀਮ ਲਸ਼ਾਨ ਐ ਗੋਇਆ, ਜ਼ਹਿਰ ਅਸ਼ਕੰ ਬਵਦ ਸ਼ਾਦਾ ਦੀਏ ਸਰਬਾਗ ਬਾਗੀ ਜਾ। ਇਹ ਦੋ ਹੰਝੂ ਦੋ ਵਗਦੇ ਦਰਿਆ ਨੇ, ਇਹਨਾਂ ਦੋ ਹੰਝਣਾ ਹੰਝੂਆਂ ਦੇ ਨਾਲ ਮੈਂ ਸੈਂਕੜੇ ਹਿਰਦਿਆਂ ਦੇ ਬਾਗ ਬਗੀਚੇ ਹਰੇ ਭਰੇ ਕਰ ਸਕਦਾ। ਉਹਨਾਂ ਦੋ ਹੰਝੂਆਂ 'ਚ ਇਤਨੀ ਤਾਕਤ, ਇਤਨੀ ਸ਼ਕਤੀ। ਭਾਈ ਸਾਹਿਬ ਹੋਰ ਵੀ ਕਹਿੰਦੇ ਨੇ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬੋਲ ਤੇ ਹਨ, ਹੁਣ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹੇ ਵਹਿ ਚੱਲੇ ਜੋ। ਮੈਂ ਫਿਰ ਅਰਜ਼ ਕਰਾਂ, ਰੋਇਆ ਮਨੁੱਖ ਬਹੁਤ ਹੈ, ਪਰਿਵਾਰ ਲਈ ਰੋਇਆ ਹੈ, ਪਦਾਰਥਾਂ ਲਈ ਰੋਇਆ, ਰੋ ਰਿਹਾ ਅਜੇ ਵੀ, ਰੋ ਰਿਹਾ। ਸੁਕਰਾਤ ਤੇ ਇੱਥੇ ਤੱਕ ਕਹਿੰਦਾ ਹੈ, ਸੱਤ ਸਮੁੰਦਰਾਂ ਦੇ 'ਚ ਇਤਨਾ ਪਾਣੀ ਨਹੀਂ ਹੈ ਜਿਤਨਾ ਪਾਣੀ ਮਨੁੱਖ ਦੀ ਅੱਖਾਂ 'ਚੋਂ ਨਿਕਲ ਚੁੱਕੇ। ਸੱਤਾਂ ਸਮੁੰਦਰਾਂ 'ਚ ਵੀ ਇਤਨਾ ਪਾਣੀ ਨਹੀਂ, ਇਤਨਾ ਮਨੁੱਖ ਰੋਇਆ ਔਰ ਰੋ ਰਿਹਾ। ਇੱਕ ਨਾ ਨੂੰ ਰਾਮ ਮੇਰੇ ਤਨ ਕਾ ਬਿਰਹਾ, ਜਿਨ ਹਉ ਪਿਰਾਂ ਵਿਛੋੜੀ। ਭਾਈ ਸਾਹਿਬ ਭਾਈ ਨੰਦ ਲਾਲ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਨੰਦ ਸਿੱਖ ਔਰ ਬੈਰਾਗੀ ਆਤਮਾ, ਕਿਤਨੀ ਤੜਪੀ ਹੋਈ ਬੈਰਾਗੀ ਆਤਮਾ, ਮੱਸਿਆ ਦੀ ਰਾਤ ਸੀ। ਅਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਨੰਦਪੁਰ ਸਾਹਿਬ ਦੀ ਗੱਲ ਹੈ, ਕਿਲ੍ਹੇ 'ਤੇ ਟਹਿਲ ਰਹੇ ਉੱਚੀ ਫਸੀਲ 'ਤੇ, ਕੰਨਾਂ ਵਿੱਚ ਹੌਕਿਆਂ ਦੀ ਆਵਾਜ਼ ਆਈ। ਮਹਾਰਾਜ ਹੈਰਾਨ ਹੋ ਗਏ ਹੈ, ਅੱਧੀ ਰਾਤ ਦਾ ਵਕਤ ਹੌਕੇ, ਕੌਣ ਹੋ ਸਕਦਾ? ਹੌਕੇ ਵਿਛੋੜੇ ਦੀ ਪੀੜਾ 'ਚੋਂ ਨਿਕਲਦੇ ਨੇ। ਕੁਛ ਵੀ ਵਿਛੜ ਗਿਆ ਹੋਵੇ, ਧਨ ਵਿਛੜ ਗਿਆ ਹੋਵੇ, ਵਤਨ ਵਿਛੜ ਗਿਆ ਹੋਵੇ, ਮਿੱਤਰ ਵਿਛੜ ਗਿਆ ਹੋਵੇ, ਪੁੱਤਰ ਵਿਛੜ ਗਿਆ ਹੋਵੇ, ਪਤਨੀ ਵਿਛੜ ਗਈ ਹੋਵੇ, ਪਤੀ ਵਿਛੜ ਗਿਆ ਹੋਵੇ, ਕੁਛ ਵੀ ਵਿਛੋੜਾ ਹੋਵੇ ਜਿਸ ਨਾਲ ਬਹੁਤ ਪਿਆਰ ਹੋਵੇ, ਤੜਪਾ ਕੇ ਰੁਲਾ ਦਿੰਦਾ ਔਰ ਹੌਕੇ ਨਿਕਲਦੇ। ਹੌਕੇ ਮਹਾਨ ਹੌਕੇ ਸਨ, ਬੜੀ ਦਿਲ ਦੀ ਗਹਿਰਾਈ 'ਚੋਂ ਨਿਕਲਦੇ ਸਨ ਔਰ ਹਰ ਹੌਕਾ ਆਪਣੀ ਪ੍ਰੇਰਣਾ ਦਿੰਦਾ। ਕੁਛ ਹੌਕੇ ਐਸੇ ਹੁੰਦੇ ਨੇ ਯਕੀਨ ਜਾਣੋ ਜਲਾ ਕੇ ਹੀ ਰੱਖ ਦਿੰਦੇ ਨੇ, ਸੰਸਾਰ ਦੀ ਜਲਨ 'ਚੋਂ ਨਿਕਲਦੇ ਨੇ, ਪੀੜਾ 'ਚੋਂ ਨਿਕਲਦੇ ਨੇ, ਦੂਜੇ ਨੂੰ ਵੀ ਬੇਚੈਨ ਅਤੇ ਪਰੇਸ਼ਾਨ ਕਰ ਦਿੰਦੇ। ਜਦ ਕੋਈ ਰੱਬੀ ਵਿਛੋੜੇ 'ਚ ਹੌਕਾ ਨਿਕਲਦਾ ਹੈ, ਕਿਸੇ ਨਾਲ ਟਕਰਾਏ, ਯਕੀਨ ਜਾਣੋ ਉਸ ਦੇ ਅੰਦਰ ਵੀ ਕੋਈ ਸੋਤੀ ਕਲਾ ਜਾਵੇਗੀ, ਉਸ ਦੇ ਅੰਦਰ ਵੀ ਕੋਈ ਰੱਬੀ ਉਮੰਗ ਅਤੇ ਤਰੰਗ ਪੈਦਾ ਹੋਵੇਗੀ। ਇਹ ਵੀ ਮੈਂ ਅਰਜ਼ ਕਰਾਂ, ਉਹਨਾਂ ਹੌਕਿਆਂ 'ਚ ਆਪਣਾ ਅਸਰ ਹੈ। ਸਤਿਗੁਰ ਖਿੱਚੇ ਹੋਏ ਚਲੇ ਗਏ ਉਸ ਪਾਸੇ, ਵੀ ਕੌਣ ਹੋ ਸਕਦਾ ਇਸ ਵਕਤ?
ਅੰਧੇਰੇ 'ਚ ਆਪਣੀ ਮਸਤੀ 'ਚ ਬੈਠੇ ਸਨ ਭਾਈ ਸਾਹਿਬ, ਜਦ ਗੌਰ ਨਾਲ ਸਤਿਗੁਰ ਨੇ ਦੇਖਿਆ ਅਤੇ ਪਹਿਚਾਣ ਗਏ, ਇੱਥੇ ਸ਼ਾਇਰੇ ਆਜ਼ਮ ਨੰਦ ਲਾਲ ਹੈ। ਅਤੇ ਨੰਦ ਲਾਲ ਨੂੰ ਵੀ ਮਹਿਸੂਸ ਹੋ ਗਿਆ ਮੇਰੇ ਕੋਲ ਕੋਈ ਖੜਾ ਹੈ, ਕੋਈ ਖੜਾ ਹੈ। ਗੌਰ ਨਾਲ ਦੇਖਿਆ, ਉਹਨਾਂ ਦੀ ਗਜ਼ਲ ਹੈ ਬੜੀ ਕੀਮਤੀ, ਕਿਸੇ ਇਹ ਸਾਰੀ ਤੁਹਾਡੇ ਸਾਹਮਣੇ ਰੱਖਾਂਗਾ। ਹੈਂ ਮੱਸਿਆ ਦੀ ਰਾਤ ਨੂੰ ਸੂਰਜ ਬੈਰੋਂ ਬਾ ਆਮਦ ਆਮ ਆਏ ਮਨ ਚੂਜ਼ੇ ਖਾਵੇ ਨਾ ਸਤਾ ਨਾਮੇ ਜਨਦ ਬੈਰੂਏ ਆਫਤਾਬੇ ਸੁਭਾ। ਹੈਂ ਮੱਸਿਆ ਦੀ ਰਾਤ ਨੂੰ ਆਫਤਾਬ ਸੂਰਜ, ਇਹ ਸੂਰਜ ਦਿਨ ਨੂੰ ਚੜ੍ਹੇ ਹੋਏ ਸੂਰਜ ਨੂੰ ਲੱਖਾਂ ਲਾਨਤਾਂ ਪਾਉਂਦਾ ਹੈ। ਨੰਦ ਲਾਲ ਕਹਿੰਦੇ ਨੇ ਮੁਦਤਾਂ ਤੋਂ ਤੂੰ ਉਦੇ ਹੋ ਰਿਹਾ, ਸਾਰੀ ਦੁਨੀਆ ਨੂੰ ਚਾਨਣ ਦੇਣਾ ਹੈ, ਮੇਰੇ ਦਿਲ ਵਿੱਚ ਕਦੀ ਚਾਨਣਾ ਨਹੀਂ ਕੀਤਾ, ਮੇਰਾ ਦਿਲ ਅੰਧੇਰੇ 'ਚ ਹੀ ਰਿਹਾ। ਇਹ ਮੇਰੇ ਪਿਆਰੇ ਦਾ ਮੁਖੜਾ ਹੈ, ਸੂਰਜ ਤੈਨੂੰ ਲੱਖਾਂ ਤਾਨੇ ਮਾਰਦਾ ਹੈ, ਲਾਨਤਾਂ ਪਾਉਂਦਾ ਤੇਰੇ 'ਤੇ। ਭਾਈ ਸਾਹਿਬ ਭਾਈ ਨੰਦ ਲਾਲ ਸਜਦਾ ਕੀਤਾ, ਖੜ੍ਹੇ ਹੋ ਗਏ। ਸਤਿਗੁਰੂ ਮੁਸਕਰਾ ਕੇ ਔਰ ਬੜੀ ਧੀਮੀ ਆਵਾਜ਼ ਵਿੱਚ ਕਹਿੰਦੇ ਨੇ, ਨੰਦ ਲਾਲ ਦੱਸੇਗਾ ਮੈਨੂੰ ਇਹ ਆਸਮਾਨ ਮੈਨੂੰ ਕਾਲਾ ਕਿਉਂ ਦਿਖਾਈ ਦਿੰਦਾ ਹੈ? ਹੁਣ ਮੱਸਿਆ ਦੀ ਰਾਤ ਹੋਵੇ, ਕਾਲੀ ਬੋਲੀ ਰਾਤ ਹੋਵੇ, ਕਾਲਾ ਨਹੀਂ ਦਿਖਾਈ ਦੇਗਾ ਤੇ ਹੋਰ ਕੀ ਦਿਖਾਈ ਦੇਵੇਗਾ? ਸਤਿਗੁਰੂ ਦੇ ਪੁੱਛਣ ਦੇ ਜ਼ਰੂਰ ਕੋਈ ਰਾਜ਼ ਹੈ, ਰਾਜ਼ ਨੰਦ ਲਾਲ ਦੱਸੇਗਾ ਇਹ ਆਸਮਾਨ ਮੈਨੂੰ ਕਾਲਾ ਕਿਉਂ ਦਿਖਾਈ ਦਿੰਦਾ ਹੈ? ਹੱਥ ਜੋੜ ਕੇ ਭਾਈ ਸਾਹਿਬ ਕਹਿੰਦੇ ਨੇ, ਮਹਾਰਾਜ ਮੈਂ ਇੱਕ ਕਵੀ ਹਾਂ, ਸ਼ਾਇਰ ਹਾਂ, ਤੁਹਾਡਾ ਅਦਨਾ ਸੇਵਕ ਹਾਂ, ਮੈਂ ਪ੍ਰਾਕਿਰਤਿਕ ਖੋਜੀ ਨਹੀਂ ਹਾਂ, ਭਾਵ ਸਾਇੰਟਿਸਟ ਨਹੀਂ ਹਾਂ, ਮੈਂ ਕੋਈ ਵਿਗਿਆਨਿਕ ਨਹੀਂ ਹਾਂ, ਮੈਨੂੰ ਕੀ ਪਤਾ ਆਸਮਾਨ ਕਿਉਂ ਕਾਲਾ ਦਿਖਾਈ ਦਿੰਦਾ? ਸਤਿਗੁਰ ਕਹਿੰਦੇ ਨੇ, ਤੂੰ ਇੱਕ ਗੱਲ ਕਬੂਲ ਕਰ ਲਈ ਕਿ ਤੂੰ ਕਵੀ ਹੈ, ਸ਼ਾਇਰ ਹੈ, ਸ਼ਾਇਰ ਦੀ ਆਪਣੀ ਕਲਪਨਾ ਹੁੰਦੀ ਹੈ, ਕਵੀ ਦੀ ਆਪਣੀ ਕਲਪਨਾ ਹੁੰਦੀ ਹੈ, ਸ਼ਾਇਰ ਦਾ ਆਪਣਾ ਤਖੈਲ ਆਉਂਦਾ ਹੈ। ਛੱਡ ਸੱਚਾਈ ਨੂੰ, ਤੇਰੀ ਕਲਪਨਾ ਕੀ ਕਹਿੰਦੀ ਹੈ, ਛੱਡ ਵਿਗਿਆਨ ਨੂੰ, ਬਾਹ ਸਾਇੰਸ ਨੂੰ ਛੱਡ, ਤੂੰ ਨਹੀਂ ਹੈ ਸਾਇੰਟਿਸਟ, ਇਸ ਦੀ ਕੋਈ ਚਿੰਤਾ ਹੀ ਨਹੀਂ ਹੈ ਮੈਨੂੰ, ਤੇਰੀ ਕਲਪਨਾ ਕੀ ਕਹਿੰਦੀ ਹੈ? ਕਵੀ ਤਾਂ ਹੈ, ਸ਼ਾਇਰ ਤਾਂ ਹੈ, ਤੂੰ ਕਬੂਲ ਕਰ ਲਿਆ। ਭਾਈ ਸਾਹਿਬ ਕਹਿੰਦੇ ਨੇ, ਦਾਤਾ ਜੇ ਮੇਰੀ ਕਲਪਨਾ ਤੋਂ ਪੁੱਛਦੇ ਹੋ ਤਾਂ ਫਿਰ ਇਹ ਹੈ, ਰੰਗਸ਼ ਕਬੂਦ ਕਦ ਦਿਲੇ ਅਜ ਪੁਰ ਸੁਰਾਰ ਸਾਖਤ ਅਜ ਬਸ ਕੇ ਦੂ ਦੇ ਆਹੇ ਮਨ ਅਜ ਆਸਮਾਂ ਗੁਜਸਤ। ਐ ਮੇਰੇ ਪਾਤਸ਼ਾਹ, ਪਰਮਾਤਮਾ ਦੇ ਵਿਛੋੜੇ 'ਚ ਜਿਹੜਾ ਇਹ ਮੇਰਾ ਹਿਰਦਾ ਤੜਪਿਆ ਤੁਹਾਡੀ ਸੰਗਤ ਕਰਕੇ, ਅਤੇ ਇਸ ਤੜਪੇ ਹੋਏ ਹਿਰਦੇ 'ਚੋਂ ਜਿਹੜੇ ਹੌਕੇ ਨਿਕਲੇ ਨੇ, ਇਹ ਹੌਕੇ ਜਦ ਆਸਮਾਨ 'ਤੇ ਪਹੁੰਚੇ ਨੇ, ਉਹਨਾਂ ਨੇ ਸਾੜ ਕੇ ਕਾਲਾ ਕਰ ਦਿੱਤਾ, ਇਹ ਮੇਰੇ ਹੌਕਿਆਂ ਦਾ ਸੜਿਆ ਹੋਇਆ। ਸਤਿਗੁਰੂ ਨੇ ਗਲਵਕੜੀ 'ਚ ਲੈ ਲਿਆ, ਇੰਨਾ ਬਹਿਰਾਗ, ਇਤਨਾ ਬਹਿਰਾਗ,